हर हलत पलत सदा करे निसतारा, हर नाम हमारी संगत अत प्यारी, हर नाम कुल हर नाम परवारा, जन नानक कहो हर नाम हर गुर दिया, हर हलत पलत सदा करे निसतारा। वाहिगुरु जी का खालसा, वाहिगुरु जी की फतेह। सतनाम, धन वाहिगुरु साहिब जी। जेता समुंद सागर नीर भरिया, तेते अवगुण हमारे, दया करहु किछ मेहर उपावु, डुबदे पत्थर तारे, जियड़ा गन बराबर तपै, पीतर वगै काती, रणवत नानक हुकम पछाण, सुख होवै दिन राती, प्रणवत नानक हुकम पछाण, सुख होवै दिन राती, बेशुमार अथाह गणत अतुलै, ज्यों बुलावो त्यों नानक दास बुलै, हाजरा हजूर जहरा हजूर सर्प कला भरपूर चवर छतर तखत दे मालक, रूहानियत दे भंडार बरदो आलम शाह साहिब सतगुरु श्री गुरु ग्रंथ साहिब महाराज जी की पावन अगमी बाणी का महावाक हुक्म आप संगतां ने बड़ी प्रेम भावना श्रद्धा के नाल सरवण किया। आओ बख्शो असीस, सतगुरु जी रहमत करन अपना पाओ बख्शन, आप मेहरामत करके शब्द की विचार कराऊं। वडहंस की वार है जी, और पौड़ियां धन गुरु रामदास महाराज जी दियां ने, ये वार गुरु रामदास जी दी है, ते नाल जिहड़े श्लोक धन गुरु अमरदास जी दे ने। रहमत भरिया हथ रखण गुरदेव पिता गुरु अमरदास महाराज जी, सतगुरु गुरु रामदास महाराज जी, ये विचार अपनी बाणी दी आप ही कराऊं। आओ जी गज के फतेह सांझी करो जी। वाहिगुरु जी का खालसा, वाहिगुरु जी की फतेह। सतनाम, श्री वाहिगुरु साहिब जी। सलोक महला तीजा। ए वार दी आरंभता सतगुरु सच्चे पातशाह धन गुरु रामदास महाराज जी दी वडहंस राग दे विच जिहड़ी है, ये 585 अंक तो शुरू हुंदी है, और जेड़ा अज दा वचन हुक्म रूप दे विच साडी झोली पिया है 591 अंक ते 92 अंक ते सतगुरु गुरु अमरदास जी दे बड़े कीमती श्लोक ने। श्लोक दा अर्थ ही हुंदा है उस्तत, श्लोक दा भाव हुंदा है किसी दी कीर्ति गाउणी, किसी बाबत शुभ वचन आखणे, किसी दी वडियाई नूं वड्डे नूं
ਉਹਦੇ ਵਡੱਪਣ ਨੂੰ ਜਤਾਉਣ ਦਾ ਯਤਨ ਸਲੋਕ ਆਖਿਆ ਜਾਂਦਾ ਹੈ ਜੀ। ਬਿਨ ਸਤਿਗੁਰ ਸੇਵੇ ਜਗਤ ਮੂਆ ਬਿਰਥਾ ਜਨਮ ਗਵਾਏ। ਸਲੋਕ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਵਡਿਆਈ ਵੱਡੀ ਹੈ। ਜਾਲਪਾ ਪਦਾਰਥ ਇਤੜੇ ਗੁਰੂ ਅਮਰਦਾਸ ਡਿੱਠੇ ਮਿਲੇ। ਗੁਰੂ ਅਮਰਦਾਸ ਮਹਾਰਾਜ ਜੀ ਨੇ 12 ਸਾਲ ਗਾਗਰ ਢੋਣ ਦੀ ਸੇਵਾ ਕੀਤੀ ਅਤੇ 12 ਵਡਿਆਈਆਂ ਚੋਲੀ ਪਾਈਆਂ। ਤੁਮ ਹੋ ਨਿਮਾਨਣ ਕੇ ਮਾਨ ਕਰ ਹੋ ਨਿਤਾਨਣ ਕੇ ਤਾਨ ਨਿਉਟਨ ਕੀ ਓਠਨੀ ਆਸਰਨ ਕੇ ਆਸਰੇ ਨੇ ਧਿਰਿਆਂ ਦੀ ਧਿਰ ਨੇ ਪਿਰਿਆਂ ਦੀ ਪਿਰ ਨੀ ਧੀਰਿਆਂ ਦੀ ਧੀਰ। ਸਤਿਗੁਰੂ ਗੁਰੂ ਅਮਰਦਾਸ ਜੀ ਜਿਹਦਾ ਕੋਈ ਨਹੀਂ ਹੈ ਉਹਦੇ ਵੀ ਆਸਰੇ ਨੇ। ਸਤਿਗੁਰੂ ਗੁਰੂ ਅਮਰਦਾਸ ਜੀ ਜੇ ਰਹਿਮਤ ਕਰ ਦੇਣ ਇਹ ਬਚਨ ਨੇ ਪੱਠ ਸਾਹਿਬਾਨਾਂ ਦੇ ਗੁਰ ਅਮਰਦਾਸ ਪਰਸਿਆ ਧਿਆਨ ਲਈਆਂ ਪਹੁਮੁਖ ਹੈ। ਜਿਹੜੇ ਰਸਤੇ ਦੁਨੀਆ ਬੰਦ ਕਰਨ ਦੀ ਤਿਆਰੀ ਕਰ ਰਹੀ ਹੈ ਸਾਡੇ, ਜਿਹੜੇ ਸਾਡੇ ਵੈਰੀ ਬਣ ਕੇ ਨਿੰਦਕ ਬਣ ਕੇ ਇਹ ਤਿਆਰੀਆਂ ਕਰ ਰਹੇ ਨੇ ਕਿ ਸਾਨੂੰ ਨੁਕਸਾਨ ਪਹੁੰਚਾਉਣਗੇ, ਜੇ ਗੁਰੂ ਅਮਰਦਾਸ ਜੀ ਦਾ ਚੇਤਾ ਮਨ ਵਿੱਚ ਹੋਏ ਅਤੇ ਸਤਿਗੁਰੂ ਜੀ ਕਹਿੰਦੇ ਆ ਦੁਨੀਆ ਲੱਖਾਂ ਦਰਵਾਜ਼ੇ ਬੰਦ ਕਰੇ ਪਰ ਗੁਰੂ ਅਮਰਦਾਸ ਜੀ ਇੱਕ ਦਰਵਾਜ਼ਾ ਹੋਰ ਖੋਲ੍ਹ ਦਿੰਦੇ ਨੇ। ਪਰ ਇਹ ਸਾਰੀ ਵਡਿਆਈ ਜਿਹੜੀ ਗੁਰੂ ਅਮਰਦਾਸ ਜੀ ਅੱਜ ਦੱਸ ਰਹੇ ਨੇ ਇਹ ਸਤਿਗੁਰੂ ਦੀ ਰਹਿਮਤ ਵਾਲੀ ਦੱਸ ਰਹੇ ਨੇ। ਜੇ ਗੁਰੂ ਕਿਰਪਾ ਕਰੇ ਤਾਂ, ਜੇ ਗੁਰੂ ਦੀ ਕਿਰਪਾ ਹੀ ਨਹੀਂ ਹੈ ਫਿਰ ਦੁੱਖ ਹੈ। ਜਿਵੇਂ ਅਸੀਂ ਪਿੱਛੇ ਵੀ ਇਹ ਬਚਨ ਵਿਚਾਰਿਆ ਸੀ ਗੁਰੂ ਅਮਰਦਾਸ ਜੀ ਦਾ, ਬਿਨ ਸਤਿਗੁਰ ਸੇਵੇ ਬਹੁਤਾ ਦੁੱਖ ਲਾਗਾ ਜੁਗ ਚਾਰੇ ਪਰਮਾਈ। ਹਮ ਦੀਨ ਤੁਮ ਜੁਗ ਜੁਗ ਦਾਤੇ ਸ਼ਬਦੇ ਦੇਹ ਬੁਝਾਈ। ਹਰ ਜੀਓ ਕਿਰਪਾ ਕਰੋ ਤੁਮ ਪਿਆਰੇ ਸਤਿਗੁਰ ਦਾਤਾ ਮੇਲ ਮਿਲਾਓ। ਗੁਰੂ ਅਮਰਦਾਸ ਜੀ ਅਰਦਾਸ ਕਰ ਰਹੇ ਨੇ ਪ੍ਰਭੂ ਦੇ ਅੱਗੇ ਸਾਡਿਆਂ ਲਈ, ਸਾਡੇ ਵਾਸਤੇ, ਕਿ ਸਾਡੇ ਪਾਪੀ ਜੀਆਂ ਨੂੰ ਸਤਿਗੁਰ ਦਾਤੇ ਦੀ ਦਾਤ ਬਖਸ਼ੋ, ਮਿਲਾਪ ਬਖਸ਼ੋ। ਕਿਉਂਕਿ ਬਿਨ ਸਤਿਗੁਰ ਸੇਵੇ ਜਗਤ ਮੂਆ, ਅਸੀਂ ਕਹਿੰਦੇ ਅਸੀਂ ਤਾਂ ਜਿਉਂਦੇ ਫਿਰਦੇ ਹਾਂ, ਮੂਏ ਕਿੱਥੇ ਹਾਂ, ਆਤਮਕ ਜੀਵਨ ਤੋਂ ਅਸੀਂ ਮਰ ਜਾਂਦੇ ਹਾਂ, ਜ਼ਮੀਰ ਸਾਡਾ ਮਰ ਜਾਂਦਾ, ਅੰਦਰ ਸੱਚ ਜੀਵਨ ਜਾਚ ਮਰ ਜਾਂਦੀ ਹੈ, ਗੁਰੂ ਦਾ ਭਾਉ ਮਰ ਜਾਂਦਾ, ਪ੍ਰਭੂ ਦੀ ਆਰਾਧਨਾ ਮਰ ਜਾਂਦੀ ਹੈ। ਬਿਰਥਾ ਜਨਮ ਗਵਾਏ, ਜਿੰਨੇ ਅਸੀਂ ਸਵਾਸ ਇੱਥੇ ਲਏ, ਜਿੰਨਾ ਜਨਮ ਅਸੀਂ ਇੱਥੇ ਜੀਵਿਆ, ਇਹ ਸਾਰਾ ਬਿਰਥਾ ਗਿਆ ਜੀ। ਦੂਜੈ ਭਾਏ ਅਤ ਦੁੱਖ ਲੱਗਾ ਮਰ ਜੰਮੈ ਆਵੈ ਜਾਏ। ਦੂਜੇ ਭਾਏ ਦਾ ਮਤਲਬ ਦੂਸਰਾ ਪਿਆਰ, ਇੱਕ ਵਾਹਿਗੁਰੂ ਨੂੰ ਛੱਡ ਕੇ ਜਿੰਨਾ ਵੀ ਪਿਆਰ ਹੈ ਉਹ ਸਦਾ ਥੋੜ੍ਹੀ ਰਹਿਣ ਵਾਲਾ, ਉਹ ਤਾਂ ਮੁੱਕ ਜਾਏਗਾ, ਖਤਮ ਹੋ ਜਾਏਗਾ, ਜਾਂ ਅਸੀਂ ਨਹੀਂ ਰਹਾਂਗੇ ਨਾ ਜਾਂ ਉਹ ਨਹੀਂ ਰਹੇਗਾ। ਇਹ ਜ਼ਿੰਦਗੀ ਦਾ ਸੱਚ ਗੁਰੂ ਅਮਰਦਾਸ ਜੀ ਕਹਿ ਰਹੇ ਨੇ। ਸੰਸਾਰ ਦਾ ਅਸੀਂ ਮੋਹ ਬਣਾਉਂਦੇ ਹਾਂ ਕਿਉਂਕਿ ਰੱਬ ਨੇ ਇਹ ਮੋਹ ਪਾਇਆ। ਜੇ ਮੋਹ ਹੀ ਨਾ ਹੋਏ ਤਾਂ ਸੰਸਾਰ ਦੀ ਕਾਰ ਹੀ ਨਾ ਚੱਲੇ। ਮੋਹ ਕਰਕੇ ਇਹ ਸੰਸਾਰ ਵੱਧਦਾ ਹੈ, ਪਰ ਇਸ ਮੋਹ ਤੋਂ ਨਿਰਲੇਪ ਹੋਣ ਵਾਸਤੇ ਸਤਿਗੁਰੂ ਜੀ ਉਪਦੇਸ਼ ਕਰ ਰਹੇ ਆ ਕਿ ਦੂਸਰਾ ਜਿਹੜਾ ਪ੍ਰੇਮ ਹੈ, ਭਾਵ ਦੁਨਿਆਵੀ ਜਿਹੜਾ ਪ੍ਰੇਮ ਹੈ, ਇੱਕ ਨੂੰ ਛੱਡ ਕੇ ਜਿਹੜਾ ਵੀ ਮੋਹ, ਜਿਹੜੀ ਵੀ ਪ੍ਰੀਤ ਹੈ, ਜੇ ਤਾਂ ਮੋਹ ਪ੍ਰੀਤ ਸਵਾਦ ਸੱਭਾ ਕਾਲਖ ਦਾਗਾ ਦਾਗ, ਮਹਾਰਾਜ ਕਹਿੰਦੇ ਉਹ ਸਿਰਫ ਕਾਲਕ ਹੀ ਹੈ, ਉਹ ਸਿਰਫ ਦਾਗ ਹੀ ਹੈ। ਇਸ ਕਰਕੇ ਇੱਕ ਸੱਚੇ ਨਾਮ ਦਾ ਧਨ ਹੀ ਇਕੱਠਾ ਕਰੀਏ, ਜਿਹਨੂੰ ਗੁਰੂ ਪਾਤਸ਼ਾਹ ਜੀ ਦਾ ਬਚਨ ਕਹਿੰਦਾ ਸੱਚਾ ਧਨ ਸੰਚੈ ਹੈ। ਗੁਰਮੁਖ ਵਾਲਾ ਜਿਹੜਾ ਜੀਵਨ ਹੈ ਉਹ ਸੱਚਾ ਧਨ ਸੰਚਦਾ ਹੈ, ਅਤੇ ਮਨਮੁਖ ਜੀਵਨ ਕਾਚਾ ਧਨ ਸੰਚੈ ਹੈ। ਮੂਰਖ ਗਵਾਰ ਮਨਮੁਖ ਭੂਲੇ ਅੰਧ ਗਵਾਰ, ਭਿਖਿਆ ਕਹਿ ਧਨ ਸਦਾ ਦੁੱਖ ਹੋਏ, ਨਾ ਸਾਥ ਜਾਏ ਨਾ ਪ੍ਰਾਪਤ ਹੋਏ। ਇਸ ਕਰਕੇ ਸੱਚਾ ਧਨ ਗੁਰਮਤੀ ਪਾਏ, ਕਾਚਾ ਧਨ ਫੁਨ ਆਵੈ ਜਾਏ। ਇਹਦੇ ਵਿੱਚ ਜੇਤਾ ਮੋਹ ਪ੍ਰੀਤ ਸਵਾਦ ਸੱਭਾ ਕਾਲਖ ਦਾਗਾ ਦਾਗ ਦਾਗ ਦੋਸ਼ ਮੁਹ ਚੱਲਿਆ ਲਾਏ, ਦਰਗਹਿ ਬੈਸਣ ਨਾ ਹੀ ਜਾਏ। ਇਹ ਝੂਠਾ ਪਿਆਰ ਜਿਹੜਾ ਸਾਡੀ ਜੀਵਨ ਜ਼ਿੰਦਗੀ ਨੂੰ ਸਫਲ ਨਹੀਂ ਕਰੇਗਾ। ਸਫਲਤਾ ਅਸਲ ਪ੍ਰੇਮ ਲਈ, ਇਸ ਲਈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਕੋਈ ਲੈਲਾ ਮਜਨੂੰ ਦੀ ਬਾਤਾਂ ਨਹੀਂ ਹੈਗੀਆਂ, ਕੋਈ ਹੀਰ ਰਾਂਝੇ ਦੀ ਉਹ ਮਿਥਿਹਾਸਕ ਇਤਿਹਾਸਕ ਜਾਂ ਉਹ ਕਹਾਣੀਆਂ ਨਹੀਂ। ਜਿਹੜਾ ਮਿਜ਼ਾਜ਼ੀ ਇਸ਼ਕ ਹੈ, ਸਰੀਰਕ ਇਸ਼ਕ ਹੈ, ਇਹਦੇ ਵਿੱਚ ਇਸ਼ਕ ਹਕੀਕੀ ਦੀਆਂ ਬਾਤਾਂ ਨੇ। ਜੇ ਭਾਈ ਗੁਰਦਾਸ ਜੀ ਨੇ ਵੀ ਲੈਲਾ ਮਜਨੂੰ ਦੇ ਉਦਾਹਰਣ ਲਏ ਨੇ,
ਇੰਨੇ ਕੁ ਲਏ ਨੇ ਕਿ ਇਹਨਾਂ ਦਾ ਸਰੀਰ ਸਰੀਰਕ ਪਿਆਰ ਸੀ ਅਤੇ ਸਰੀਰਕ ਪਿਆਰ ਅਸਲ ਦੇ ਵਿੱਚ ਨਿਰੰਕਾਰੀ ਪਿਆਰ ਦਾ ਕਦੀ ਵੀ ਮੁਕਾਬਲਾ ਨਹੀਂ ਕਰ ਸਕਦਾ। ਜਿਹੜਾ ਨਿਰੰਕਾਰੀ ਪ੍ਰੇਮ ਹੈ ਉਹ ਸਦਾ ਰਹਿਣ ਵਾਲਾ। ਸਰੀਰਕ ਪ੍ਰੇਮ ਵਾਲਿਆਂ ਨੂੰ ਪੂਜਦੇ ਨਹੀਂ ਲੋਕ, ਸਤਿਕਾਰ ਨਹੀਂ ਕਰਦੇ, ਯਾਦ ਜ਼ਰੂਰ ਰੱਖਦੇ ਹੋਣਗੇ, ਪਰ ਪੂਜਾ ਮਾਨ ਤਾਂ ਉਹਦੀ ਹੁੰਦੀ ਹੈ ਜਿਹਦੇ ਅੰਦਰ ਨਿਰੰਕਾਰ ਦਾ ਪ੍ਰੇਮ ਹੈ। ਸਤਿਗੁਰੂ ਜੀ ਕਹਿੰਦੇ ਦੂਜਾ ਭਾਏ ਅਤ ਦੁੱਖ ਲੱਗਾ ਮਰ ਜੰਮੈ ਆਵੈ ਜਾਏ। ਦੂਜਾ ਭਾਏ ਦਾ ਮਤਲਬ ਹੈ ਕਿ ਸਤਿਗੁਰੂ ਜੀ ਕਹਿੰਦੇ ਹੈ ਕਿ ਉਹਨਾਂ ਦੇ ਮਨ ਦੇ ਅੰਦਰ ਪਾਰ ਬ੍ਰਹਮ ਪਰਮੇਸ਼ਵਰ ਦੇ ਪ੍ਰੇਮ ਦੀ ਕਣੀ ਨਹੀਂ ਹੁੰਦੀ। ਦੁਨਿਆਵੀ ਪ੍ਰੇਮ ਉਹਨਾਂ ਨੂੰ ਦੁੱਖ ਦਿੰਦਾ ਹੈ। ਸੱਚ ਇਹ ਹੈ ਕਿ ਸੰਸਾਰ ਦੇ ਵਿੱਚ ਜਿੰਨੇ ਵੀ ਅਸੀਂ ਮਿਲੇ ਹਾਂ ਉਹ ਸਾਰੀ ਵਿਛੜਨ ਵਾਸਤੇ ਮਿਲੇ ਹਾਂ। ਸਤਿਗੁਰੂ ਜੀ ਦਾ ਬਚਨ ਹੈ ਗੁਰੂ ਰਾਮਦਾਸ ਜੀ ਦਾ, ਮਾਤ ਪਿਤਾ ਬਨਤਾ ਸੁਤ ਬੰਧਪ ਇਸ਼ਟ ਮੀਤ ਅਰ ਭਾਈ, ਪੂਰਬ ਜਨਮ ਕੇ ਮਿਲੇ ਸੰਜੋਗੀ ਅੰਤੇ ਕੋ ਨਾ ਸਹਾਈ। ਇਹ ਪ੍ਰੇਮ ਬਸ ਸੰਸਾਰੀ ਹੈ, ਅੰਤ ਤੱਕ ਜਿਹੜਾ ਨਿਭਣ ਵਾਲਾ ਹੈ ਉਹ ਪ੍ਰੇਮ ਸਿਰਫ ਨਿਰੰਕਾਰੀ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਦੂਜਾ ਭਾਏ ਅਤ, ਅਤ ਕਹਿੰਦੇ ਬਹੁਤ ਜ਼ਿਆਦਾ, ਵਿਛੋੜਾ ਸੰਸਾਰੀ ਦੁੱਖ ਦਿੰਦਾ ਹੈ। ਅਤ ਦੁੱਖ ਲੱਗਾ ਮਰ ਜੰਮੈ ਆਵੈ ਜਾਏ, ਸੰਸਾਰਿਕ ਮਨੁੱਖ ਮਰਦੇ ਜੰਮਦੇ ਆਉਂਦੇ ਜਾਂਦੇ ਨੇ। ਇਸ ਗੱਲ ਦਾ ਜਿਹੜਾ ਦੁੱਖ ਹੈ, ਵਿਛੋੜੇ ਦਾ ਦੁੱਖ ਹੈ, ਇਹ ਮਨੁੱਖੀ ਮਾਨਸਿਕਤਾ ਨੂੰ ਸਾਨੂੰ ਦੁੱਖ ਦਿੰਦਾ ਹੈ, ਕਿਉਂਕਿ ਸਾਡੇ ਅੰਦਰ ਗੁਰੂ ਦੇ ਲਈ ਪ੍ਰੇਮ ਨਹੀਂ। ਜਿਹਦੇ ਅੰਦਰ ਗੁਰੂ ਦੇ ਲਈ ਪ੍ਰੇਮ ਹੈ ਉਹ ਹਰ ਇੱਕ ਸੋਗ ਨੂੰ ਸਮ ਕਰਕੇ ਜਾਣਨ ਲੱਗ ਜਾਂਦੇ ਨੇ ਜੀ। ਵਿਸ਼ਟਾਂਦਰ ਵਾਸ ਹੈ ਫਿਰ ਫਿਰ ਜੂਨੀ ਪਾਏ। ਵਿਸ਼ਟਾ ਦਾ ਮਤਲਬ ਹੈ ਗੰਦਗੀ, ਵਿਸ਼ਟਾ ਦਾ ਮਤਲਬ ਹੈ ਪੂਰਨ ਰੂਪ ਦੇ ਵਿੱਚ ਮੁਸ਼ਕਿਆ ਹੋਇਆ ਕੋਈ ਥਾਂ ਜਾਂ ਜਿਹਦੇ ਵਿੱਚ ਗੰਦਗੀ ਕੀੜੇ ਪੈਦਾ ਹੋ ਗਏ ਨੇ। ਵਿਸ਼ਟਾ ਦੇ ਅੰਦਰ ਪੈਦਾ ਹੋਏ ਕੀੜੇ ਵਿਸ਼ਟਾ ਦੇ ਵਿੱਚੋਂ ਹੀ ਜੰਮਦੇ ਨੇ ਅਤੇ ਵਿਸ਼ਟਾ ਦੇ ਗੰਦਗੀ ਦੇ ਅੰਦਰ ਹੀ ਮਰ ਜਾਂਦੇ ਨੇ। ਇਵੇਂ ਹੀ ਅਸੀਂ ਕੂੜ ਸੰਸਾਰ ਦੇ ਪ੍ਰੇਮ ਦੇ ਵਿੱਚ ਹੀ ਜਨਮ ਲਿਆ ਅਤੇ ਜਨਮ ਲੈ ਕੇ ਪ੍ਰਭੂ ਦੀ ਸੋਝੀ ਤੋਂ ਬਿਨਾਂ ਮੂਰਖ ਸੱਚ ਨਾ ਜਾਣਨੀ ਮਨਮੁੱਖੀ ਜਨਮ ਗਵਾਇਆ, ਵਿੱਚ ਦੁਨੀਆਂ ਕਾਹੇ ਆਇਆ, ਵਿੱਚ ਦੁਨੀਆਂ ਕਾਹੇ ਆਇਆ। ਵਿਸ਼ਟਾ ਅੰਦਰ ਵਾਸ ਹੈ ਫਿਰ ਫਿਰ ਜੂਨੀ ਪਾਏ। ਵਾਰ ਵਾਰ ਫਿਰ ਅਸੀਂ ਪ੍ਰਭੂ ਤੋਂ ਵਿਛੜੇ ਹੋਏ ਜੂਨਾਂ ਵਿੱਚ ਪੈਂਦੇ ਹਾਂ। ਜੰਮ ਜੰਮ ਮਰੈ ਮਰੈ ਫਿਰ ਜੰਮੈ, ਇਹ ਮਹਾਰਾਜ ਜੀ ਦਾ ਬਚਨ ਹੈ। ਬਹੁਤ ਸਜ਼ਾਏ ਪਿਆ ਦੇਸ ਲੰਮੈ, ਬਹੁਤ ਸਜ਼ਾ ਭਾਵ ਜਨਮਾਂ ਜਨਮਾਂਤਰਾਂ ਦਾ ਗੇੜ ਪਿਆ ਰਹਿੰਦਾ ਹੈ ਜੀ। ਨਾਨਕ ਬਿਨਾਂ ਮੈਂ ਜੰਮ ਮਾਰ ਸੀ, ਅੰਤ ਗਿਆ ਪਛੁਤਾਏ। ਜੇ ਸਤਿਗੁਰੂ ਨੇ ਬਚਨ ਕੀਤਾ ਹੈ ਕਿ ਪ੍ਰਭੂ ਦੇ ਨਾਮ ਤੋਂ ਬਿਨਾਂ ਜਮਾਂ ਦਾ ਫਾਹਾ ਪੈਣਾ ਹੀ ਹੈ, ਜਮ ਮਾਰੇਗਾ, ਤਾਂ ਇਹਦੇ ਵਿੱਚ ਕੋਈ ਝੂਠ ਨਹੀਂ ਹੈ। ਗੁਰਬਾਣੀ ਝੂਠ ਨਹੀਂ ਹੋ ਸਕਦੀ ਕਦੇ। ਸਾਡੀ ਮਾਨਸਿਕਤਾ ਛੋਟੀ ਹੋ ਸਕਦੀ ਹੈ, ਸਾਡੀ ਸੁਰਤ ਦੀ ਦਾਨਾਈ ਉਸ ਅਵਸਥਾ ਦੀ ਮਾਲਕ ਨਹੀਂ ਹੋ ਸਕਦੀ ਜਿਸ ਅਵਸਥਾ 'ਤੇ ਸਤਿਗੁਰੂ ਜੀ ਨੇ ਬਾਣੀ ਉਚਾਰੀ। ਸਾਹਿਬ ਜੀ ਕਹਿੰਦੇ ਹੈ ਕਿ ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ, ਇਹ ਬਾਣੀ ਮਹਾਂਪੁਰਖ ਕੀ ਨਿੱਜ ਘਰ ਵਾਸਾ ਹੋਏ। ਇਸ ਗੱਲ ਨੂੰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬੜੇ ਪ੍ਰੇਮ ਨਾਲ ਸਮਝਾਇਆ ਕਿ ਨੰਗਾ ਦੋਜ਼ਖ ਚਾਲਿਆ ਰਾਹ ਦਿਸੈ, ਖਰਾ ਡਰਾਵਣਾ ਕਰ ਅਵਗਣ ਪਛੋਤਾਵਣਾ, ਕਰ ਅਵਗਣ ਪਛੋਤਾਵਣਾ। ਬਿਨ ਨਾਵੈ ਜੰਮ ਮਾਰਸੀ, ਨਾਨਕ ਬਿਨ ਨਾਵੈ ਜੰਮ ਮਾਰਸੀ, ਅੰਤ ਗਿਆ ਪਛਤਾਏ। ਅਤੇ ਮੂਰਖ ਮਨੁੱਖ ਫਿਰ ਜਦ ਸਾਰੇ ਜੀਵਨ ਦਾ ਤੱਤ ਉਹਦੇ ਸਾਹਮਣੇ ਅਰਕ ਸਾਹਮਣੇ ਕੱਢ ਕੇ ਰੱਖਿਆ ਜਾਂਦਾ, ਭਾਈ ਦੱਸ ਕਿਆ ਤੈ ਖਟਿਆ ਕਹਾਂ ਗਵਾਇਆ, ਚਲੋ ਸ਼ਿਤਾਬ ਦੀਵਾਨ ਬੁਲਾਇਆ, ਫਿਰ ਮਨੁੱਖ ਪਛਤਾਉਂਦਾ ਹੈ ਜੀ। ਮਹਲਾ ਤੀਜਾ, ਇਸ ਜਗ ਮਹਿ ਪੁਰਖ ਏਕ ਹੈ, ਹੋਰ ਸਗਲੀ ਨਾਰ ਸਬਾਈ। ਬੜਾ ਪਿਆਰਾ ਬਚਨ ਸਤਿਗੁਰੂ ਜੀ ਨੇ ਕੀਤਾ ਹੈ। ਇਸ ਜਗਤ ਦੇ ਵਿੱਚ ਔਰਤ ਅਤੇ ਮਰਦ ਦਾ ਰਿਸ਼ਤਾ ਧੁਰੋਂ ਹੀ ਕਾਇਮ ਕੀਤਾ ਹੈ, ਔਰ ਇਹ ਕੁਦਰਤੀ ਰਿਸ਼ਤਾ ਹੈ, ਕੁਦਰਤ ਨੇ ਕਾਇਮ ਕੀਤਾ ਹੈ ਤਾਂ ਕਿ ਸੰਸਾਰ ਦੀ ਕਾਰ ਅੱਗੇ ਚਲੇ। ਬਲਕਿ ਮਨੁੱਖਾਂ ਦੇ ਵਿੱਚ ਨਹੀਂ,
इस संसार दे सारे जीयां दे विच मेल ते फीमेल औरत ते मर्द दा तत रब ने रखिया, भावें वह वनस्पति है, भावें वह कीड़े मकोड़े ने, जीव जंतु ने। मादा और पुरश दा जेड़ा संगम सतगुरु जी ने कुदरती बनाया, इस संगम दे नाल संसार चलता है। पर सच यह है कि असी जिन्ने भी जीव हैगे हाँ, भावें औरत हाँ ते भावें मर्द हाँ, साडे अंदर जिहड़ी आत्मा है ना, वो आत्मा स्त्रीवाचक है, वो औरत है, भाव के पुरख में नार, नार में पुरखा वाली जुगत है। औरत दे अंदर दी भी आत्म जीवात्मा है, मनुख दे अंदर दी भी, पुरख दे अंदर दी भी आत्मा जीवात्मा है, उन्हों से कहने आत्मा स्त्रीवाचक। ते इस आत्मा दा पर आत्म खसम जिहड़ा है वह वाहिगुरु है, होर कोई नहीं। बड़ी कमाल दी गल कीती है कि दुनियावी रिश्ते सारे एक दिन अंत दे विच निदान दे विच छुट्टणगे, खत्म होणगे। ये जिहड़ा जिंदगी दा सच है, विछोड़े ते जाके गुरु नानक साहब दा बड़ा प्यारा बचन है, दुनिया मुकामे फानी तहकीक दिल दानी, दुनिया दा अंतम मुकाम जिहड़ा है ना वो फना होना ही है। इन्हों गुरु अर्जुन साहब महाराज जी कहिंदे, वली नियामत बिरादरां दरबार मिलख खानाए, जिन्हियां मर्जियां दौलतां शौहरतां भरा भैण औरत मर्द दे रिश्ते निभदे होण, दरबार मिलख खानाए, जिन्हें मर्जी उच्चे महल बनाए होण, जिन्हां मर्जी पसारा कीता होए, अंतम सच यह है, जब अजराइल बस्तनी तब चे कारे विदाए, जिस दिन मौत दे फरिश्ते ने आके क्या चलो, उस दिन कोई भी रुकदा नहीं। महाराज कहिंदे इस करके इत्थे नारी पुरख दा रिश्ता ये झूठा है, सच्चा रिश्ता जिहड़ा है आत्म ते पर आत्म दा है। आत्मा पर आत्मा एको करै, अंतर की दुबदा अंतर मरै। इस जग में पुरख एक है, एको ही एक ओंकार है, जिहड़ा करता पुरख है, जिहड़ा निरभउ निरवैर अकाल मूरत अजूनी सह भाऊ, ओही पुरख है, ओही एक खसम है, ओही एक परवरदिगार है, ओही एक सारिया विच मौजूद है ते सदा रहण वाला है। इस जग में पुरख एक है, होर सगली नार सबाई, जिन्नी भी ये सारे संसार दे विच जीव जंत ने, असी सारी उदी आत्म हैगे हां। इस करके गुरु अमरदास जी इत्थे स्त्रीवाचक होके उस प्रभु दी याद दे विच बाणी उचार रहे ने, उस प्रभु नूं संबोधन होके कह रहे ने। और गुरु ग्रंथ साहब जी दे विच तकरीबन 70% बाणी गुरु साहिबाना ने, भगतां ने अपने आप नूं स्त्रीवाचक होके ते प्रभु नूं पुरख कह के उचारिया। जिस तरह एक वचन असीं पढ़दे हां कि संसार दे विच मैं कल्ली रह गई हाँ, ये रात हनेरी मेरे वास्ते दुख देंदी है, करमहीन धन करहै बिनंती कद नानक आवह वारी, सब सुहागण माण है रलियां एक देवो रात मुरारी। बाबा शेख फरीद भी कहिंदे अज ना सुती कंत सिंह, इहदा मतलब पार ब्रह्म परमेश्वर दे सिमरन तो वांझी रही है। ये गल समझनी अत जरूरी है, आत्म नूं इको एक खसम पर आत्म, ना आत्मा मरदी है ना पर आत्म मर सकदा है, ये राम की अंश है, उस तों वखरी है पर है उदी ही अंश। आत्म ते पर आत्म सदा रहण वाली, इस करके इस जग में पुरख एक है, होर सगली नार सबाई, सब दे अंदर जेड़ियां आत्मा ने ये सब उस पुरख दियां नार ने जी। घट भोग वै लिप्त रहै अलख न लखना जाई, ओ वाहिगुरु सारिया दे घट विच है, सबै घट राम बोलै, रामा बोलै, राम बिना को बोलै रे, कल माटी कुंचर कीटी भाजन है बहु नाना रे, अस्थावर जंगम कीट पतंगम कटकट राम समाना हे, ओही है, उस तो बिना कोई होर है ते दसो। कायो देवा कायो देवल कायो जंगम जाती, कायो धूप दीप नाय बेदा कायो पूजो पाती। इस काया दे अंदर
ਉਹੀ ਵਾਹਿਗੁਰੂ ਰਹਿੰਦਾ ਹੈ। ਇਹ ਕਾਇਆ ਹੀ ਮੇਰਾ ਮੰਦਰ ਹੈ, ਇਸ ਕਾਇਆ ਦੇ ਅੰਦਰ ਹੀ ਮੈਂ ਪੂਜਾ ਕਰਦਾ ਹਾਂ, ਇਸ ਕਾਇਆ ਦੇ ਅੰਦਰ ਹੀ ਮੈਂ ਪ੍ਰਭੂ ਦੀ ਆਰਤੀ ਕਰਦਾ, ਕਿਉਂਕਿ ਉਹ ਅੰਦਰ ਹੈ, ਉਹੀ ਮੇਰੇ ਵਾਸਤੇ ਸਭ ਕੁਛ ਹੈ। ਨਾ ਕੁਛ ਆਇਬੋ ਨਾ ਕੁਛ ਜਾਇਬੋ ਰਾਮ ਕੀ ਦੁਹਾਈ, ਉਹ ਅੰਦਰ ਬੈਠਾ ਹੋਇਆ, ਕਿੱਥੇ ਜਾਣ ਦੀ ਲੋੜ ਹੈ, ਕਿੱਧਰ ਜਾਣਾ ਮੈਂ। ਇਹਨੂੰ ਹੀ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ, ਕਾਹੇ ਰੇਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ ਤੋਹੀ, ਸੰਗ ਸਮਾਈ ਸਭ ਘੱਟ ਭੋਗਵੈ। ਸਭ ਦੇ ਅੰਦਰ ਭੋਗ ਰਿਹਾ, ਸਭ ਦੇ ਅੰਦਰ ਮੌਜੂਦ ਹੈ, ਅਲਿਪਤ ਰਹਿ ਪਰ ਹੋ ਕੇ ਵੀ ਅਲਿਪਤ ਹੈ, ਅਲਿਪਤ ਹੈ। ਅਲਖ ਨਾ ਲਖਣਾ ਜਾਈ, ਉਹਨੂੰ ਲਖਿਆ ਨਹੀਂ ਜਾ ਸਕਦਾ ਸੁਰਤ ਦੇ ਨਾਲ, ਉਹ ਗਿਆਨ ਇੰਦਰੀਆਂ ਤੋਂ ਪਰਾਂ ਹੈ ਜੀ। ਪੂਰੇ ਗੁਰ ਵੇਖਾ ਲਿਆ ਸਭ ਦੇ ਸੋਝੀ ਪਾਈ। ਫਿਰ ਗੁਰੂ ਨੇ ਉਹ ਨਜ਼ਰ ਦਿੱਤੀ ਜਿਸ ਨਜ਼ਰ ਤੋਂ ਅਸੀਂ ਦੀਦਾਰ ਕੀਤੇ ਉਸ ਵਾਹਿਗੁਰੂ ਦੇ। ਇਹ ਅੱਖਾਂ ਨਾਲ ਥੋੜ੍ਹੀ ਦੇਖਣਾ ਹੈ। ਨਾਨਕ ਸੇ ਅੱਖੜੀਆਂ ਬੇਅੰਨ ਜਿਨੇ ਡਿਸੰਦੜੋ ਮਾਂ ਪਿਰੀ, ਉਹ ਅੱਖਾਂ ਇਹ ਨਹੀਂ ਹੈਗੀਆਂ, ਉਹ ਅੰਦਰ ਦੀਆਂ ਅੱਖਾਂ ਨਜ਼ਰਾਂ ਨੇ। ਜਿਹੜਾ ਫਿਰ ਇਹਨਾਂ ਅੱਖਾਂ ਤੋਂ ਵਾਂਝਾ ਹੈ, ਨਜ਼ਰ ਤੋਂ ਵਾਂਝਾ, ਅੰਨਾ ਹੈ, ਸੁਜਾਖਾ ਹੈ, ਉਹ ਰੱਬ ਨਹੀਂ ਦੇਖ ਸਕਦਾ। ਇਹਦਾ ਮਤਲਬ ਨਹੀਂ, ਉਹ ਅੱਖਾਂ ਹੀ ਵੱਖਰੀਆਂ ਨੇ। ਅੱਖੀਂ ਬਾਜੋਂ ਵੇਖਣਾ, ਵਿਨ ਕੰਨਾਂ ਸੁਣਨਾ, ਪੈਰਾਂ ਬਾਜੋਂ ਚੱਲਣਾ, ਵਿਨ ਹੱਥਾਂ ਕਰਨਾ, ਜੀਬੇ ਬਾਜੋਂ ਬੋਲਣਾ, ਇਹ ਵਾਲੀ ਅਵਸਥਾ ਵੱਖਰੀ ਹੈ। ਮਹਾਰਾਜ ਕਹਿੰਦੇ ਇਹਨੂੰ ਕਿਹਾ ਨਾਨਕ ਹੁਕਮ ਪਛਾਣ ਕੇ ਤਾਉ ਖਸਮੈ ਮਿਲਣਾ। ਤੇ ਹੁਕਮ ਕੀ ਹੈ? ਗੁਰ ਕੀ ਸੇਵਾ ਚਾਕਰੀ ਸਿਰ ਦੀਜੈ ਆਪ ਗਵਾਏ, ਇਹ ਵਾਲੀ ਸੇਵਾ ਚਾਕਰੀ ਕਰ। ਪੂਰਾ ਗੁਰ ਵੇਖਾ ਲਿਆ ਸ਼ਬਦੇ ਸੋਜੀ ਪਾਈ, ਪੂਰੇ ਗੁਰੂ ਦੀ ਸ਼ਰਨ ਆਓ ਤੇ ਪੂਰਾ ਗੁਰੂ ਉਹ ਮਤ ਦਿੰਦੇ ਨੇ, ਜਿਹ ਮਤ ਜਿਹੜੀ ਮਤ ਸ਼ਬਦ ਦੇ ਵਿੱਚੋਂ ਪ੍ਰਗਟ ਹੁੰਦੀ ਹੈ। ਤੇ ਗੁਰੂ ਨੇ ਵਿਖਾ ਦਿੱਤਾ ਕਿ ਉਹ ਜਿਹੜਾ ਪ੍ਰਭੂ ਹੈ ਹਰ ਇੱਕ ਜ਼ਰੇ ਵਿੱਚ ਵਸ ਰਿਹਾ, ਹਰ ਇੱਕ ਥਾਂ 'ਤੇ ਹੈ। ਕੋਈ ਐਸੀ ਥਾਂ 'ਤੇ ਅਸੀਂ ਕਹੀਏ ਕਿ ਉਹ ਨਹੀਂ ਹੈ, ਇਹ ਸੋਜੀ ਗੁਰੂ ਰਾਹੀਂ ਹੈ ਜੀ। ਪੁਰਖ ਹੈ ਸੇਵੈ ਸੇ ਪੁਰਖ ਹੋਵਹਿ, ਜਿੰਨੀ ਹਉਮੈ ਸਬਦ ਜਲਾਈ। ਜਿਹੜਾ ਉਸ ਪਾਰ ਬ੍ਰਹਮ ਪੁਰਖ ਪਰਮੇਸ਼ਵਰ ਦੀ ਆਰਾਧਨਾ ਕਰਦਾ, ਫਿਰ ਪਾਰ ਬ੍ਰਹਮ ਵਾਹਿਗੁਰੂ ਉਹਨੂੰ ਆਪਣੇ ਵਰਗਾ ਬਣਾ ਲੈਂਦਾ। ਪੁਰਖ ਹੈ ਸੇਵੈ ਸੇ ਪੁਰਖ ਹੋਵੈ, ਉਹੀ ਉਹਦਾ ਰੂਪ ਹੋ ਜਾਂਦਾ ਹੈ। ਉਸ ਰੂਪ ਦੇ ਵਿੱਚ ਕੋਈ ਫਰਕ ਨਹੀਂ। ਸੂਰਜ ਕਿਰਨ ਮਿਲੇ ਜਲਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਪੁਰਖੈ ਸੇਵੈ ਸੇ ਪੁਰਖ ਹੋਵੈ, ਉਹਨੂੰ ਸੇਵ ਕੇ ਉਹਦਾ ਹੀ ਰੂਪ ਹੋ ਜਾਂਦਾ ਹੈ। ਜਿਨੀ ਹਉਮੈ ਸ਼ਬਦ ਜਲਾਈ, ਜਿਨ੍ਹਾਂ ਨੇ ਆਪਣੇ ਅੰਦਰੋਂ ਹਉਮੈ ਸ਼ਬਦ ਦੇ ਰਾਹੀਂ, ਬਾਣੀ ਦੇ ਰਾਹੀਂ ਸ਼ਬਦ ਮਰੋ, ਫਿਰ ਜੀਵੋ ਸਦ ਹੀ ਤਾਂ ਫਿਰ ਮਰਨ ਨਾ ਹੋਈ। ਤਿਸ ਕਾ ਸਰੀਕ ਕੋ ਨਹੀਂ ਨਾ ਕੋ ਕੰਟਕ ਵੈਰਾਈ। ਹਰ ਇੱਕ ਇਨਸਾਨ ਦੇ ਬਣਾਏ ਹੋਏ ਗੁਣਾਂ ਦੇ ਸੰਸਾਰ ਦੇ ਵਿੱਚ ਸਰੀਕ ਨੇ, ਬਰਾਬਰੀ ਕਰਨ ਵਾਲੇ ਨੇ, ਤੇ ਕੰਟਕ ਵੈਰਾਈ ਵੀ ਨੇ, ਰੁਕਾਵਟਾਂ ਪਾਉਣ ਵਾਲੇ ਵੀ ਨੇ ਤੇ ਵੈਰੀ ਵੀ ਨੇ। ਸੰਸਾਰ ਦਾ ਤੇ ਦਸਤੂਰ ਇਵੇਂ ਹੀ ਹੈ, ਸਾਰਾ ਇੱਥੇ ਐਵੇਂ ਹੀ ਚੱਲਦਾ ਹੈ। ਪਰ ਵਾਹਿਗੁਰੂ ਦਾ ਨਾਂ ਕੋ ਸਰੀਕ ਹੈ, ਸਰੀਕ ਦਾ ਮਤਲਬ ਹੁੰਦਾ ਬਰਾਬਰੀ ਕਰਨ ਵਾਲਾ, ਸਰੀਕਾ, ਉਹਦੇ ਬਰਾਬਰ ਕੋਈ ਨਹੀਂ। ਜੈਸਾ ਤੂੰ ਤੈਸਾ ਤੂੰ ਹੀ ਕਿਆ ਉਪਮਾ ਦੀਜੈ। ਕੋਈ ਕਹੇ ਨਾ ਮੈਂ ਰੱਬ ਵਰਗਾ ਹੋ ਗਿਆ, ਇਹ ਤੇ ਫਿਰ ਸਿਆਣਪ ਨਹੀਂ ਹੋਈ ਨਾ, ਫਿਰ ਅਲਖ ਨਾ ਲਖਿਆ ਜਾਈ ਵਾਲਾ ਹਿਸਾਬ ਹੋ ਗਿਆ, ਅਲਖ ਨਾ ਲਖਣਾ ਜਾਈ, ਉਹਨੂੰ ਜਾਇਆ ਹੀ ਨਹੀਂ ਜਾ ਸਕਦਾ, ਜਾਣਿਆ ਨਹੀਂ ਜਾ ਸਕਦਾ। ਤਿਸਕਾ ਸਰੀਕ ਕੋ ਨਹੀਂ ਨਾ ਕੋ ਕੰਟਕ ਵਹਿਰ ਆਈ, ਨਾ ਕੋਈ ਉਹਦਾ ਵੈਰੀ ਹੈ ਤੇ ਨਾ ਕੋਈ ਰੁਕਾਵਟ ਪਾਉਣ ਵਾਲਾ, ਉਹਦੇ ਮਾੜਾ ਸੋਚ ਕੇ ਉਹਨੂੰ ਖਤਮ ਕਰਨ ਵਾਲਾ ਹੈ ਜੀ। ਨਿਹਚਲ ਰਾਜ ਹੈ ਸਦਾ ਤਿਸ ਕੇਰਾ, ਨਾ ਆਵੇ ਨਾ ਜਾਈ। ਉਹਦਾ ਰਾਜ ਨਿਹਚਲ ਹੈ, ਨਿਸ਼ਚਲ ਹੈ, ਸਦਾ ਰਹਿਣ ਵਾਲਾ ਹੈ। ਉਸ ਰਾਜ ਨੂੰ ਕੋਈ ਖਤਮ ਨਹੀਂ ਕਰ ਸਕਦਾ, ਸਾਰੇ ਰਾਜ ਦੇ ਪਿੱਛੇ ਉਹਦਾ ਹੀ ਰਾਜ ਹੈ। ਉਹਦਾ ਰਾਜ ਸਾਰੇ ਬਾਦਸ਼ਾਹਾਂ ਦੇ ਨੂੰ ਦੇਣ ਵਾਲਾ ਹੈ ਤਾਕਤਾਂ। ਪਾਤਸ਼ਾਹਾਂ ਦਾ ਪਾਤਸ਼ਾਹ ਸੀ ਪੜ੍ਹਦੇ ਨਾ, ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਸ਼ਾਹ, ਜਿਸ ਪਾਸ ਬੈਠਿਆਂ ਸੋਹੀ ਹੈ ਸਭਨਾ ਦੇ ਦਾ ਵੇਸਾ, ਸਾਰਿਆਂ ਦਾ ਆਸਰਾ। ਨਾਨਕ ਨਿਹਚਲ ਰਾਜ ਹੈ ਸਦਾ ਤਿਸ ਕੇਰਾ, ਨਾ ਆਵੇ ਨਾ ਜਾਏ। ਉਹਦਾ ਉਹਦੇ ਵਰਗਾ ਨਾ ਕਿਸੇ ਦਾ ਰਾਜ ਹੈ, ਨਾ ਕੋਈ ਹੋ ਸਕਦਾ। ਉਹਦਾ ਹੀ ਰਾਜ ਅਡੋਲ ਰਹਿਣ ਵਾਲਾ, ਨਾ ਉਹ ਮਰਦਾ ਹੈ ਅਤੇ ਨਾ ਉਹ ਜਾਈ ਦਾ ਮਤਲਬ ਜਨਮ, ਨਾ ਉਹ ਜਨਮ ਮਰਨ ਦੇ ਵਿੱਚ ਹੈ,
ते ना उदे राज नू कोई खत्म कर सकदा है जी। अन दिन सेवक सेवा करे हर सच्चे के गुण गाए। जेडे सेवक बन के नित ही उस प्रभु की सेवा करते ने ओ हर सच्चे दे गुण गाउन करते ने, गुणा नू वसाउंदे ने, ओही सच्चे सेवक गिने जांदे ने। पर इत्थे चाकर ओ नहीं है जिहड़ा चाकर लगे चाकरी नाले गारब वाद गल्लां करे कनेरियां खसम ना पाए साध आप गवाए सेवा करे ता किछ पाए माण नानक जिसनू लगा तिस मिलै। पुरख नू लगा ते पुरख वर्गा ही हो जाए फिर ओ सेवक परवान है। सेवक इत्थे सेवक नहीं रहिंदा, सेवक ठाकुर सब तू है, तेरा ही रूप हो जांदा है, तू आप अपना रूप बना लेंदा है। अंतिम सेवक सेवा करे हर सच्चे के गुण गाई। नानक वेख विगसया हर सच्चे की वडियाई। नानक दे कक्के नूं औंकड़ लग्या, स्पष्ट है गुरु नानक साहब कहिंदे असीं भी वेख वेख के हैरान हो रहे हां, विस्माद हो रहे हां, नमस्कार कर रहे हां। आदेश बाबा आदेश, आदि पुरख तेरा अंत ना पाया, कर कर वेख्या वेस, वाह वाह वाह, किन्ना किन्ना कु पसारा वाहिगुरु, किन्ने चोज ने। धन गुरु अमरदास जी कहिंदे असीं भी वेख के विस्माद विच जा रहे हां, विगस रहे हां, उस सच्चे की वडियाई असीम है जी। पौड़ी, यह पौड़ी गुरु रामदास महाराज जी की है, क्योंकि वार का संबंध पौड़ी दे नाल है और सतगुरु गुरु रामदास महाराज जी की ये पौड़ी है और 21 पौड़ियां इस वार दे विच ने और उन्हां 21 पौड़ियां दे नाल धन गुरु नानक साहब महाराज जी दे, धन गुरु अमरदास महाराज जी दे सलोक गुरु अर्जुन साहब महाराज जी ने गुरु ग्रंथ साहब जी की संपादना वेले 22 वारां विचों ये जिहड़ी वार सी वनहंस की वार इहदे विच पाए ने जी। आओ जी सतगुरु गुरु रामदास जी नूं सिजदा करिए। हम अवगुण भरे एक गुण नाही, अमृत छाड़ बिखै बिख खाही, माया मोह भरम पै भूले, सुत दारा स्यों प्रीत लगाई, एक उत्तम पंथ सुनियो गुर संगत, तेह मिलंत जम त्रास मिटाई, करदास पाठ कीरत की, गुर रामदास रखो शरणाई। जिनकै हर नाम वसया सद हिरदै, हर नामो तिन कौ रखण हारा। जिन्हां दे हिरदे च नाम वस गया ता फिर उन्हां नूं दुनिया दा कोई भौ रहा ही नहीं, उन्हां नूं कोई भौ सता ही नहीं सकदा। उन्हां दा मन प्रभु दे चरणां दे विच टिकिया, एको टेक दे विच प्रथमे मता जे पत्री चलावो, द्वितीय मता दुई मानक पहुंचावो, तृतीय मता कुछ करूं पाया, मैं सब की छोड़ प्रभु तू ही त्याया। जिन्हां दे हिरदे विच प्रभु वस गया उन्होंने सदा हिरदे विच नाम नू वसाया ते ओ नाम ही उन्हां दा रखवाला है। हर नाम हमारा भोजन 36 प्रकार, जित खाधा हमको तृप्त पई। जिन्हां ने नाम छक लिया उन्हां नू फिर सदा रज हुंदा। हर नाम हमारा पहनण, नाम उन्हां दा कपड़ा हो गया। महाराज कहिंदे जित फिर नंगे ना होई, फिर ये नाम कदी भी बेइज्जत नहीं होण दिंदा उन्हां नू। क्यों? क्योंकि नाम हिरदे विच वसिया होया बंदा कोजड़ पैंदा ही नहीं, कदी माड़े रस्ते तुरदा ही नहीं। नाम सहाई है। ये थोड़ी है कि असीं 100 झूठ बोलते फिर रब दे अगे अरदास कर रहे हां जी हुण नाम जप लैंदे हां ते हुण बोले हुए झूठ सच हो जाणगे, ये ते कर्मा दा नबेड़ा है। हाँ जे कर्मा दा बीज अगे आ गया गोया होया फिर उही वढ़ना पैणा है। हाँ जे रहमत हो गई प्रभु दी ते फिर लेखा कोई ना पुछी जां हर बख्शंदा दी गल ते यही है ना। पर यह है कि सच नाम जीवन जिहड़ा होए ना उहनूं महाराज जी नाम कहिंदे है इमानदारी वाला, जिहनूं पहला सच हलाल दोए, तीजी खैर खुदाए, चौथी नीयत रास मन, पंजवीं सिफत सनाए। ये पंज वक्त दियां नमाजां जिहड़ियां गुरु बाबा जी ने दित्तियां ने ना, कि पहला सच जीवन दे विच सच होए फिर नाम है,
हलाल दोए हक सच की कमाई भी होनी चाहिए। यह नहीं कि हक पराया मार लिया तो फिर कहे रब मेहर करेगा नाम जपने, इवें नहीं। तीजी खैर दूसरियां वास्ते सदा ही चंगा सोचना, यह तीजी नमाज है। चौथी नीयत रास मन, इत्थे बड़ी कमाल की गल की गुरु साहब ने, नीतां चंगियां ने ना महाराज कहिंदे फिर तो छोले भी बदाम ने, जे नीतां माड़ियां ने फिर बदाम भी जहर ने। सीधी जी गल है, ये दस्तूर है कुदरत का। जे नीयत ही माड़ी है फिर नीयत माड़ी दे विच जपिया कादा नाम है, महाराज कहिंदे नीयत रास करके ही सिफत सना प्रभु की सिफत सलाह हो सकती है। इसी गल नूं गुरदेव गुरु रामदास जी महाराज जी बड़ी बख्शिश करते ने, जिनकै हर नाम वसिया सद हिरदै, हर नामो तिनको रखण हारा, नाम ही उन्हां नूं रखण हारा है जी। हर नाम पिता, हर नामो माता, हर नाम सखाई मित्र हमारा। यही ते है ना कि पहला सच हलाल, दोए तीजा खैर खुदाए, चौथी नीयत रास मन, पंजवी सिफत सुनाए। ये नाम की वड्याई जिस वेले अंदर इस रूप दे विच वस गई ना, पंज निवाजा वक्त पंज पंजा पंजे नौ, महला पहला गुरु नानक साहब महाराज जी का माज राग का सलोक है 141 अंग ते। सतगुरु जी ने यही दसिया, पंज निवाजा वक्त पंज पंजे पंजा नौ, पहला सच हलाल, दोए तीजा खैर खुदाए, चौथी नीयत रास मन, पंजवी सिफत सुनाए, करनी कलमा आख कह ता मुसलमान सदाए। ते साहिब जी कहिंदे नानक जेते कूड़े यार कूड़ा कूड़ी पाए, जे नीयत ही माड़ी है फिर कादी बंदगी है। नीयत ही रास नहीं हुई ते फिर मारे कहिंदे कादी बंदगी है ना। फिर बड़ा कमाल दा शेर लिखिया, मस्जिद तो बनाली पर भर में इमां की हरारत वालों ने, मन अपना पुराना पापी था बरसों से नमाजी बन ना सका। असी तो नमाजी हो ही ना सके, नीयत ही नहीं रास। नमाज पढ़नी, कोई पाठ करना, बाणी पढ़नी, थोड़ी गुरसिख हो जाने है कि जी बाणी पढ़नी तो गुरसिख, गुरसिख ही होना। सिखिया सिखी सिखिया गुर विचार है। इसी करके मस्जिद तो बना ली परबर में इमा की हरारत वालों ने, मन अपना पुराना पापी था बरसों से नमाजी बन ना सका। एक बाल बड़ा उपदेशक है, मन बातों से मोह लेता है, गुफ्तार का गाजी बन तो गया, रफ्तार का काजी बन ना सका। गल्लां बातां दे मैं बहुत कर लिया पर मेरे जीवन च रफ्तार भाव उस गल नूं कमाउण दा एक भी कदम मैं पुटिया नहीं। गल ते मैं कीती कि रब दी, पर नीयत ते रास हुंदी है ना कि उस सच जीवन जाच दा प्रगटावा चलका रहा जीवन विच्चों होए। एक बाल बड़ा उपदेशक है, मन बातों से मोह लेता है, कथा बड़ी कर लिया, गुफ्तार का गाजी बन तो गया। गुफ्तार कहिंदे बोलना ते बड़ा चंगा आया पर नीयत रास नहीं। बाबा फरीद कहते फरीदा कन मुसल्ला सूफ गल, गुफ्तार का गाजी हाँ, दिल काती गुड़वात, रफ्तार का काजी बन ना सका। अंदर नीयत रास नहीं है। इनू साहब जी कहते जे नीयत रास है फिर नाम की कला देखियो कैसी वरतदी है। ईमान सच है अंदर, फिर थोड़ा जपया होया भी इन्ना असर करता है जीवन दे विच, जीवन तब्दील करता है। पर जिन्होंने बहुतियां माला ही फेरनिया ने दिन रात कि झूठ भी बुलेंदे हाँ, यह सारा काम है कि घट भी तो लेने, झूठ भी बुलेंदे हाँ, सवेरे उठ के बाबा जी की फोटो ते माला भी चढ़ाने, यह नीयत रास नहीं प्रवान होती प्रभु ने। यह काम नहीं है कि झूठ भी बोली जाना फिर धोखे धड़िया भी करिया जानिया। नाम की वड्याई उदे लई, नाम की वड्याई सच्ची है जिस नाम की वड्याई विच करतार प्रभु जी गुरु रामदास जी कहिंदे है हर नाम पिता, हर नामो माता, इन्नी दानाई होए कि मेरा खसम पिता मैनू जन्म देने वाला है, ते पिता दी निशानी पुत्र विच, जे पिता दा नाम ही बर्बाद करता पुत्र ने फिर कहदा ओ ते कपूत होया ना। ये बड़ी वड्डी जिम्मेवारी गुरु रामदास जी दिंदे है कि नीयत इन्नी साफ होए गुरसिख दी कि पता लगे कि सिख दा पिता गुरु गोबिंद सिंह सच्चा पातशाह है। इवें हर नाम पिता, हर नामो माता, हर नाम सखाई मित्र हमारा, ये नाम हमारा मित्र है, नाम सदा ही नाल निभण वाला है।
जेह पेंडे मां अंध गुबारा वाली गल करिए असी करिए जेह मात पिता सुत मीत ना भाई मन उहां नाम तेरे संग सहाई जेह मां भयान दूत जम दलै तह केवल नाम संग तेरे चले जेह मुश्किल होवे अत भारी किन्नी कमाल हर तुक दे विच गुरु अर्जुन साहब जी ने नाम नूं ही सहाई आख्या क्योंकि नाम कल्ला जिउंदे जी नाल नहीं है मरण वेले भी ते मरण तो बाद जिहड़ा अगला सफर है वह दुनियावी माता पिता ने नहीं करना वली नियामत बिरादरां दरबार मिल्क खाना है जब अजराइल बस्तनी तब चे कारे विदाए फिर कोई नाल नहीं है फिर नाम है हवाल मालूम करदंग पाक अल्लाह भुगो नानक अरदास पेश दरवेश बंदा इस करके दरवेशां नूं लोड़िया रुखां दी जीरान जिन्हां विच नाम है उन्हां दा संग करके असीं भी नाम की प्राप्ति करिए एक नाम सच्चा मित्र निभण वाला है जी हर नावे नाल गल्ला हर नावे नाल मसलत हर नाम हमारी करदा नित सारा अज साडे मन दी मसलत विचार पता है किदे नाल हो रही है लब पाप दोए राजा मैता कूड़ हुआ सिकदार काम नेव सद पूछिए अज साडी मसलत साडी सलाह साडे अंदर दी काम वाली बिरती भैड़ी बिरती नाल हो रही है जे नाम अंदर होएगा तो फिर नाम नाल मसलत होएगी पर गुरु पातशाह जी ने कहा जिदे अंदर नाम नहीं है लब पाप दोए राजा मैता कहते उस मन रूप राजे दे नाल लब ते पाप मैता बने हुए हैं कूड़ हुआ सिकदार ते कूड़ चौधरी बैठा हुआ है अगे दरवाजे ते शरीर रूपी मन रूपी ते मन किदे नाल सलाह कर रहा है काम ने सद पूछिए बह बह करे विचार अंधी रहीत ज्ञान में होनी आ हाल है मन का जे मन ने सलाह काम नाल करनी है ते फिर इन्हें ते गर्की करना है सारा कार इन्हें ते उजाड़ नहीं है जिदा मन सहाई हो गया नाम नाम सहाई हो गया फिर हर को नाम सदा सुखदाई फिर उन्हों नाम ही उदा सहारा आसरा फिर गुरु की बाणी दे नाल वो गल्लां करेगा गुरु की बाणी दे नाल मन विच मसलत सलाह करेगा कि गुर शब्द का की हुक्म है गुर शब्द की आखदा है बाणी इन्नी कंठ होए गुरसिख नूं हर नामे ना नाल गल्लां हर नावे नाल मसलत मसलत कहिंदे सलाह अहीं सियाणे नाल सलाह करदे हां ते सियाणा मन हो जाए जे मत गुरमत वाली हो जाए गुरु वाली हो जाए फिर ते क्या बात है फिर काम नाल सलाह नहीं जिन्हां ने काम नाल सलाह करके कार्ज किए ने जीवन गर्क होया उन्हां दा दुनियावी चकाचौंध जिन्नी मर्जी हो जाए पर रब दी दरगाह च प्रवान नहीं हर नाम हमारी करदा नित सारा नाम फिर सलाह दे के ना तौड़ तक हाजरी दे बीच भी रहिंदा है तौड़ तक निभदा भी है फिर नाम फिर डिगण नहीं देंदा फिर ऐसी कला वरताउंदा है नाम ए नाम सदा ही ताती वाओ ना लगी पार ब्रह्म शरणाई चौगिर्द हमारा रामकार बन के ए सहाई हुंदा है जी हर नाम हमारी संगत अत प्यारी हर नाम कुल हर नाम परवारा जद कोई कामी बंदा क्रोधी बंदा कल्ला बैठेगा ना उन्हूं काम गर्क करेगा ही करेगा पर जद कोई नामी बंदा कल्ला बैठेगा उदा नाम दे विच मन बहुत उजागर होएगा ताइयों बंदगी करन वाले हौली हौली संसार तो पराम करके एकांत लभदे ने क्योंकि उन्हां नूं एकांत इसलिए चाहिदा वो कल्ले रह के भी कल्ले नहीं हैगे उन्हां दी सलाह प्रभु दे नाम नाल होंदी है हर नावे नाल गल्लां वाह गुरु रामदास जी किन्ना वड्डा खजाना तुसीं शब्द इस पौड़ी विच रखता है कि बंदगी इबादत करन वाला कदी कल्ला नहीं वो ते गुरमेरे संग सदा है नाले सिमर सिमर ते सदा संभाले गुरु का सिख जह जाइए तां सुहेले हर नावे नाल गल्लां हर नावे नाल मसलत हर नाम हमारी करदा नित सारा हर नाम हमारी संगत अत प्यारी नाम मेरी संगत है नाम मेरा आसरा है नाम ही मेरे लिए नाम कुल हर नाम परवारा मेरी कुल हमरी जात पात गुर सतगुर हम वेचियो सिर गुर कै हुण मेरी कुल मेरी जात गुरु सतगुर वाली होगी
मैं पिछों जिस जात कुल दा जम्मिया उहदा मैनू कोई लेना देना नहीं। मेरी जात ते पात, मेरी कुल ते मेरा परिवार गुरु है, गुरु दे गुण ने जिन्हों गुरु नानक साहब जी दे बाबत राय सत्ता राय बलवंत सत्ता है डूम आखी ना कि गुरु नानक साहब का केड़ा परिवार है। नाउ करता कादर करै क्यों बोल होवै ज्यो खीबदै, दे गुणा सत भैण भराव है कि मन दे अंदर तेरे जेड़े गुण ने सत संतोख दया धर्म विचार ये तेरे भैण भरा ने, यह तेरा परिवार है। दे गुणा सत भैण भरा वे पारंगत दान पड़ीबदै, यही साढ़े जीवन का परिवार होए जब साढ़े अंदर सत गुण वसण, नहीं तो सास की दुखी ससुर की प्यारी जेठ के नाव डरोरी, ये भी महाराज जी ने आख्या। नहीं तो सतगुरु जी का एक बचन ये है कि मन के अंदर चित दे अंदर भाव कर ते फिर सौदागरी ऐसी कर सत घोड़े लै चल, जिहड़ा शब्द तुसी मन हाली किरसानी पढ़ोगे उहदे विच सतगुरु जी ने यह सत घोड़े जिहड़े आखे है गुणा वाले आखे, सत संतोख दया धर्म विचार निमरता। सो ए साडा परिवार है जी। जन नानक कहो हर नाम हर गुर दिया, हर हालत पालत सदा करे निस्तारा। जन नानक कहो टिप्पी नाल है जी, हर नाम हर गुर दिया, हरि प्रभु ने ए नाम गुरु ने दित गुरु नु दिता है। सो तिन सतगुर सुख पाए कृपा धारी, जी नाम की वडाई दई गुरु रामदास को। ਇਹ ਕਿਰਪਾ ਗੁਰੂ ਨੇ ਕੀਤੀ ਹੈ, ਗੁਰੂ ਰਾਮਦਾਸ ਜੀ ਕਹਿੰਦੇ ਇਹ ਵਡਿਆਈ ਨਾਮ ਦੀ ਗੁਰੂ ਨੇ ਬਖਸ਼ੀ ਹੈ। ਔਰ ਇਸੀ ਵਡਿਆਈ ਦੇ ਵਿੱਚ ਸਤਿਗੁਰੂ ਜੀ ਕਹਿੰਦੇ ਹਰ ਹਾਲਤ ਪਲਤ ਸਦਾ ਕਰੇ ਨਿਸਤਾਰਾ, ਇੱਥੇ ਵੀ ਨਿਸਤਾਰਾ ਹੈ ਅਤੇ ਲੋਕ ਪਰਲੋਕ ਪਰਲੋਕ ਵਿੱਚ ਵੀ ਨਿਸਤਾਰਾ ਹੈ। ਸਤਿਗੁਰੂ ਭਲੀ ਕਰਨ, ਹਾਲਤ ਪਲਤ ਸਤਿਗੁਰੂ ਜੀ ਦਾ ਨਾਮ ਹੀ ਨਿਭਣ ਵਾਲਾ ਹੈ। ਦੋ ਸਲੋਕ ਗੁਰੂ ਅਮਰਦਾਸ ਜੀ ਦੇ ਪੌੜੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੀ। पहले श्लोक दे विच नाम तो बिना जीवन बतीत करन वाले आत्मक जीवन दी मौत दे विच विष्टा दी तरह मरदे जन्मे जमदे ने। दूजे श्लोक दे विच इस जग में पुरख एक है होर सगली नार सबाई, एक खसम ही सदा रहन वाला है, असी सारियां साचा खसम हमारा हम शह केरियां दासियां। ते पौड़ी दे विच सतगुरु जी ने रहमत कीती है कि गुरसिखां दा संग नाम नाल है, रिश्ते भी नाम नाल ने, परिवार सलाह मसलत ते विचार भी नाम नाल है। इत्थे समय दी समाप्ति है, विचार करदिआं बाणी पढ़दिआं बेअंत भुलां गलतियां आप संगत बख्शण योग बख्श देना जी। गुरु ग्रंथ साहब सच्चे पातशाह जी का कुटान कोट शुकराना, भाई साहब जी का धन्नवाद। आओ जी अंतम तुकां सरवण करिए फिर समाप्ति है जी। हर नाम हमारी संगत अत प्यारी, हर नाम कुल हर नाम परवारा। जन नानक कौ हर नाम हर गुर दिया, हर हालत पलत सदा करे निस्तारा। वाहे गुरु जी का खालसा, वाहे गुरु जी की फतेह। सतनाम श्री वाहिगुरु साहिब जी। रामकली महला तीजा, आनंद एक ओंकार। सतगुर प्रसाद आनंद पया मेरी माए, सतगुरु मैं पाया, सतगुरु तां पाया सहज सेती। मन वजियां वधाइयां, राग रतन परवार परियां, शब्द गावणी आईयां, शब्दो तां गावो हरी केरा। मन जिनी वसाया कह नानक आनंद होवा, सतगुरु मैं पाया। ए मन मेरे आह तू सदा रहो हर नाले, हर ना रहो तू मन मेरे दुख सा विसार। ना अंगीकार हो करे तेरा कार्ज सब सवारना, सब ना गलना समरथ स्वामी। सो क्यों मन विसारे कह नानक मन मेरे सदा रहो हर नाले। साचे साहिबा।